ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ 297 ਪ੍ਰਾਚੀਨ ਮੂਰਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਜੋ ਬਾਈਡਨ ਦਾ ਕੀਤਾ ਧੰਨਵਾਦ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ, ਕਿਹਾ ਜੰਮੂ ਕਸ਼ਮੀਰ ਵਿੱਚ ਕਿਸੇ ਵੀ ਪੱਥਰਬਾਜ਼ ਜਾਂ ਅੱਤਵਾਦੀ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਦਿੱਲੀ ਦੇ ਜੰਤਰ ਮੰਤਰ ਉੱਤੇ ਆਮ ਆਦਮੀ ਪਾਰਟੀ ਨੇ ਕੀਤਾ ਜਨਤਾ ਦੀ ਅਦਾਲਤ ਪ੍ਰੋਗਰਾਮ ਦਾ ਆਯੋਜਨ। ਅਰਵਿੰਦ ਕੇਜਰੀਵਾਲ ਨੇ ਬੀਜੇਪੀ ਉੱਤੇ ਸਾਧੇ ਨਿਸ਼ਾਨੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਤੋਂ ਤਸਕਰੀ ਕੀਤੇ ਗਏ ਅਨਮੋਲ ਪੁਰਾਤਨ ਵਿਰਸੇ ਅਮਰੀਕਾ ਨੇ ਹੁਣ ਵਾਪਸ ਕਰ ਦਿੱਤੇ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਹ 297 ਪ੍ਰਾਚੀਨ ਵਸਤੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੇ ਅਮਰੀਕਾ ਦੌਰੇ ਦੇ ਦੌਰਾਨ ਸੌਂਪ ਦਿੱਤੀਆਂ ਨੇ। ਇਸ ਤਰ੍ਹਾਂ 2014 ਤੋਂ ਹੁਣ ਤੱਕ ਭਾਰਤ ਵਿੱਚੋਂ ਬਰਾਮਦ ਹੋਈਆਂ ਪੁਰਾਤਨ ਵਸਤਾਂ ਦੀ ਕੁੱਲ ਗਿਣਤੀ 640 ਹੋ ਗਈ ਹੈ। ਇਕੱਲੇ ਅਮਰੀਕਾ ਨੇ 578 ਵਸਤੂਆਂ ਵਾਪਸ ਕੀਤੀਆਂ ਨੇ। ਇਸ ਪ੍ਰਾਪਤੀ ਨੂੰ ਭਾਰਤ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਜੋਂ ਵੇਖ ਰਿਹਾ ਹੈ। ਸਾਲ 2021 ਵਿੱਚ ਅਮਰੀਕੀ ਸਰਕਾਰ ਨੇ 157 ਪੁਰਾਤਨ ਵਸਤਾਂ ਸੌਂਪੀਆਂ, ਜਿਸ ਵਿੱਚ 12ਵੀਂ ਸਦੀ ਦੀ ਸ਼ਾਨਦਾਰ ਕਾਂਸੀ ਦੀ ਨਟਰਾਜ ਮੂਰਤੀ ਵੀ ਸ਼ਾਮਲ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦੁਬੱਲੀ ਮੀਟਿੰਗ ਦੌਰਾਨ ਕੁਝ ਪ੍ਰਾਚੀਨ ਮੂਰਤੀਆਂ ਨੂੰ ਕਲਾਕ੍ਰਿਤੀਆਂ ਦੇ ਪ੍ਰਤੀਕਾਤਮਕ ਹਵਾਲੇ ਵਜੋਂ ਵੇਖਿਆ। ਦੱਸ ਦੇ ਕਿ ਪ੍ਰਧਾਨ ਮੰਤਰੀ ਮੋਦੀ ਕਵਾੜ ਸਿਖਰ ਸੰਮੇਲਨ ਵਿੱਚ ਸ਼ਮੂਲੀਅਤ ਲਈ ਅਮਰੀਕਾ ਦੌਰੇ 'ਤੇ ਨੇ ਅਤੇ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਸਮੇਤ ਕਵਾੜ ਸਮੂਹ ਦੇ ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦ ਉੱਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਕਿਸੇ ਵੀ ਪੱਥਰਬਾਜ਼ ਜਾਂ ਅੱਤਵਾਦੀ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਅੱਤਵਾਦ ਦਾ ਖਤਮ ਨਹੀਂ ਹੁੰਦਾ ਉਦੋਂ ਤੱਕ ਪਾਕਿਸਤਾਨ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਭਾਰਤੀ ਜਨਤਾ ਪਾਰਟੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਣਾ ਦੇ ਸਮਰਥਨ ਵਿੱਚ ਨੌਸ਼ਹਿਰਾ ਵਿੱਚ ਆਯੋਜਿਤ ਚੋਣ ਰੈਲੀ ਵਿੱਚ ਸ਼ਾਹ ਨੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਸ਼ੇਰ ਦੱਸਦਿਆਂ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਸਮਰਥਕ ਨੇ ਅਤੇ ਨੌਜਵਾਨਾਂ ਦੇ ਨਾਲ ਗੱਲ ਕਰਨਾ ਚਾਹੁੰਦੇ ਨੇ। ये कहते हैं पाकिस्तान के साथ वार्ता करो, फारूक साहब, राहुल बाबा, हम पाकिस्तान पाकिस्तान से वार्ता नहीं करेंगे। हम जब तक आतंकवाद समाप्त नहीं होता है पाकिस्तान से वार्ता करने के पक्ष में नहीं है। अगर बात करनी है तो मेरे नौशेरा के शेरों के साथ बात करेंगे, पाकिस्तान के साथ क्यों करें। एलओसी का ट्रेड शुरू करना चाहते हैं, आतंकवादियों को फिर से जेलों से मुक्त करना चाहते हैं। भाइयों बहनों, पत्थरबाज जेलों में है, आतंकवादी जेलों में है और एक फारूक अब्दुल्ला यहां आकर पीर पंजाल की इसी ओर जम्मू की पहाड़ियों में रजौरी पूंछ डोडा में कहते हैं कि यहां आतंकवाद फैल जाएगा। मैं आपको बताता हूं नौशेरा वालों, फारूक साहब की जो इच्छा है वो छोड़ दो, नरेंद्र मोदी सरकार है, आतंकवाद को पाताल जितना गहरा दफनाने का काम ये भारतीय जनता पार्टी करेगी। कोई आतंकवादी को जेल से मुक्त नहीं किया जाएगा, कोई पत्थरबाज को जेल से मुक्त नहीं किया जाएगा।
ਦਿੱਲੀ ਦੇ ਜੰਤਰ ਮੰਤਰ ਉੱਤੇ ਆਮ ਆਦਮੀ ਪਾਰਟੀ ਨੇ ਜਨਤਾ ਦੀ ਅਦਾਲਤ ਪ੍ਰੋਗਰਾਮ ਦਾ ਆਯੋਜਨ ਕੀਤਾ। ਜਨਤਾ ਦੀ ਅਦਾਲਤ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 10 ਸਾਲ ਬਾਅਦ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਹ ਮੁੱਖ ਮੰਤਰੀ ਦਾ ਆਵਾਸ ਵੀ ਛੱਡ ਦੇਣਗੇ। ਅੱਜ ਦਿੱਲੀ ਵਿੱਚ ਰਹਿਣ ਲਈ ਉਹਨਾਂ ਦੇ ਕੋਲ ਘਰ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਉਹਨੇ ਅਸਤੀਫਾ ਇਸ ਲਈ ਦਿੱਤਾ ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਦੀ ਭੁੱਖ ਨਹੀਂ ਹੈ। ਉਹਨੇ ਕਿਹਾ ਕਿ ਉਹ ਦੇਸ਼ ਦੀ ਸਿਆਸਤ ਬਦਲਣ ਆਏ ਸੀ। ਕੇਜਰੀਵਾਲ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਕਰਨ ਜਾਂ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਲਈ ਸਿਆਸਤ ਵਿੱਚ ਨਹੀਂ ਆਏ। ਉਹਨੇ ਇਹ ਵੀ ਕਿਹਾ ਕਿ ਉਹਨਾਂ ਨੇ ਪਿਛਲੇ 10 ਸਾਲਾਂ ਵਿੱਚ ਸਿਰਫ ਪਿਆਰ ਇਕੱਠਾ ਕੀਤਾ ਹੈ, ਇਸ ਲਈ ਲੋਕ ਉਹਨਾਂ ਨੂੰ ਰਹਿਣ ਲਈ ਆਪਣਾ ਘਰ ਦੇਣ ਦੀ ਗੱਲ ਕਰ ਰਹੇ ਨੇ। ਬਿਜਲੀ ਫ੍ਰੀ ਕਰਦੀ, ਬਿਜਲੀ ਪਾਣੀ ਫ੍ਰੀ ਕਰਦੀ ਆ, ਮਹਿਲਾਓਂ ਕੇ ਲਈ ਬੱਸੋਂ ਕਾ ਕਿਰਾਇਆ ਮੁਫਤ ਕਰਦੀ ਆ, ਬਜ਼ੁਰਗੋਂ ਕੇ ਲਈ ਤੀਰਥ ਯਾਤਰਾ ਕਰਦੀ, ਸ਼ਾਨਦਾਰ ਹਸਪਤਾਲ ਮੁਹੱਲਾ ਕਲੀਨਿਕ ਬਣਾ ਦੀਏ, ਲੋਕੋਂ ਕਾ ਇਲਾਜ ਮੁਫਤ ਕਰਦੀ ਆ, ਸ਼ਾਨਦਾਰ ਸਕੂਲ ਬਣਾ ਦੀਏ, ਲੋਕੋਂ ਕੀ ਸ਼ਿਕਸ਼ਾ ਸ਼ਾਨਦਾਰ ਕਰਦੀ, ਬੱਚੋਂ ਕੋ ਭਵਿਸ਼ਯ ਦੇ ਦੀਆ। 10 ਸਾਲ ਇਮਾਨਦਾਰੀ ਸੇ ਕਾਮ ਕੀਆ, ਮੋਦੀ ਜੀ ਕੋ ਲਗਨੇ ਲਗਾ ਕਿ ਅਗਰ ਇਨਸੇ ਜੀਤਨਾ ਹੈ ਤੋ ਇਨਕੀ ਇਮਾਨਦਾਰੀ ਪੇ ਚੋਟ ਕਰੋ, ਇਨਕੋ ਬੇਈਮਾਨ ਸਾਬਿਤ ਕਰੋ, ਤੋ ਪ੍ਰਧਾਨ ਮੰਤਰੀ ਜੀ ਨੇ ਇੱਕ ਸ਼ਡਯੰਤਰ ਰਚਾ, ਉਹਨਾਂ ਨੇ ਸ਼ਡਯੰਤਰ ਰਚਾ, ਕੇਜਰੀਵਾਲ ਕੋ ਬੇਈਮਾਨ ਸਾਬਿਤ ਕਰੋ, ਮਨੀਸ਼ ਸਿਸੋਦੀਆ ਕੋ ਬੇਈਮਾਨ ਸਾਬਿਤ ਕਰੋ, ਆਮ ਆਦਮੀ ਪਾਰਟੀ ਕੋ ਬੇਈਮਾਨ ਸਾਬਿਤ ਕਰੋ, ਔਰ ਸ਼ਡਯੰਤਰ ਰਚ ਕੇ ਇਹਨਾਂ ਨੇ ਹਮਾਰੇ ਸਾਰੇ ਬੜੇ ਬੜੇ ਨੇਤਾਓਂ ਕੋ ਇੱਕ ਇੱਕ ਕਰਕੇ ਜੇਲ੍ਹ ਮੇ ਡਾਲ ਦਿਆ। ਦੋਸਤੋ, ਅਬ ਹਮ ਜੇਲ੍ਹ ਸੇ ਬਾਹਰ ਆ ਗਏ, ਔਰ ਜੇਲ੍ਹ ਸੇ ਬਾਹਰ ਆਨੇ ਕੇ ਬਾਅਦ ਮੈਨੇ ਇਸਤੀਫਾ ਦੇ ਦਿਆ। ਆਪਕੇ ਮਨ ਮੇ ਇਹ ਚੱਲ ਰਹਾ ਹੋਗਾ ਕਿ ਕੇਜਰੀਵਾਲ ਨੇ ਇਸਤੀਫਾ ਕਿਉਂ ਦਿਆ। ਮੈਨੇ ਇਸਤੀਫਾ ਇਸ ਲਈ ਦਿਆ ਕਿਉਂਕਿ ਮੈਂ ਇਹ ਸਭ ਕਰਨੇ ਕੇ ਲੀਏ, ਗੰਦ ਕਰਨੇ ਕੇ ਲੀਏ ਨਹੀਂ ਆਇਆ ਥਾ, ਮੈਂ ਭ੍ਰਿਸ਼ਟਾਚਾਰ ਕਰਨੇ ਕੇ ਲੀਏ ਨਹੀਂ ਆਇਆ ਥਾ, ਮੈਂ ਸੱਤਾ ਕਾ ਲਾਲਚ, ਸੱਤਾ ਕੀ ਭੁੱਖ ਨਹੀਂ ਹੈ ਮੇਰੇ ਕੋ ਸੀਐਮ ਕੀ ਕੁਰਸੀ ਕੀ ਭੁੱਖ ਨਹੀਂ ਹੈ, ਮੈਂ ਪੈਸੇ ਕਮਾਨੇ ਨਹੀਂ ਆਇਆ, ਪੈਸੇ ਕਮਾਨੇ ਹੋਤੇ ਇਨਕਮ ਟੈਕਸ ਕਮਿਸ਼ਨਰ ਕੀ ਨੌਕਰੀ ਕਰਤਾ ਥਾ, ਉਸ ਨੌਕਰੀ ਮੇ ਜਿਤਨੇ ਕਰੋੜ ਰੁਪਏ ਚਾਹਤਾ ਮੈਂ ਕਮਾ ਸਕਤਾ ਥਾ, ਪੈਸੇ ਨਹੀਂ ਕਮਾਨੇ, ਦੇਸ਼ ਕੇ ਲੀ ਆਏ ਥੇ, ਭਾਰਤ ਮਾਤਾ ਕੇ ਲੀ ਆਏ ਥੇ, ਦੇਸ਼ ਕੀ ਰਾਜਨੀਤੀ ਬਦਲਨੇ ਕੇ ਲੀ ਆਏ ਥੇ। ਦੋਸਤੋ, ਇਨ ਨੇਤਾਓਂ ਕੋ ਫਰਕ ਨਹੀਂ ਪੜਤਾ, ਇਨ ਨੇਤਾਓਂ ਕੀ ਮੋਟੀ ਚਮੜੀ ਹੈ, ਇਨਕੇ ਉੱਪਰ ਜਿਤਨੇ ਮਰਜ਼ੀ ਆਰੋਪ ਲਗ ਜਾਏ, ਇਨ ਨੇਤਾਓਂ ਕੋ ਫਰਕ ਨਹੀਂ ਪੜਤਾ। ਦੋਸਤੋ, ਮੈਂ ਨੇਤਾ ਨਹੀਂ ਹੂੰ, ਮੇਰੀ ਮੋਟੀ ਚਮੜੀ ਨਹੀਂ ਹੈ, ਮੇਰੇ ਕੋ ਫਰਕ ਪੜਤਾ ਹੈ, ਮੇਰੇ ਪੇ ਜਬ ਯੇ ਕੀਚੜ ਫੇਂਕਤੇ ਹੈ ਬੀਜੇਪੀ ਵਾਲੇ, ਮੇਰੇ ਕੋ ਜਬ ਯੇ ਚੋਰ ਕਹਤੇ ਹੈ, ਮੇਰੇ ਕੋ ਜਬ ਯੇ ਭ੍ਰਿਸ਼ਟਾਚਾਰੀ ਕਹਤੇ ਹੈ, ਮੇਰੇ ਕੋ ਜਬ ਯੇ ਗਾਲੀ ਦੇਤੇ ਹੈ, ਮੇਰੇ ਕੋ ਫਰਕ ਪੜਤਾ ਹੈ। ਆਜ ਮੈਂ ਬਹੁਤ ਦੁਖੀ ਹੂੰ, ਆਜ ਮੇਰੀ ਆਤਮਾ ਪੀੜਿਤ ਹੈ, ਮੈਂ ਅੰਦਰ ਸੇ ਬਹੁਤ ਦੁਖੀ ਹੂੰ, ਔਰ ਇਸੀ ਲਈ ਮੈਨੇ ਇਸਤੀਫਾ ਦਿਆ। ਮੈਨੇ ਆਪਣੀ ਜ਼ਿੰਦਗੀ ਮੇ ਕੇਵਲ ਇੱਜ਼ਤ ਕਮਾਈ ਹੈ, ਮੈਨੇ ਆਪਣੀ ਜ਼ਿੰਦਗੀ ਮੇ ਕੇਵਲ ਇਮਾਨਦਾਰੀ ਕਮਾਈ ਹੈ, ਮੇਰੇ ਬੈਂਕ ਮੇ ਕੋਈ ਪੈਸਾ ਨਹੀਂ ਹੈ, ਮੇਰੀ ਪਾਰਟੀ ਕੇ ਬੈਂਕ ਮੇ ਕੋਈ ਪੈਸਾ ਨਹੀਂ ਹੈ, ਮੈਨੇ ਕੇਵਲ ਇੱਜ਼ਤ ਕਮਾਈ ਹੈ। ਆਜ 10 ਸਾਲ ਕੇ ਬਾਅਦ ਜਬ ਮੈਨੇ ਇਸਤੀਫਾ ਦਿਆ ਹੈ, ਥੋੜੇ ਦਿਨ ਮੇ ਮੈਂ ਸੀਐਮ ਕਾ ਬੰਗਲਾ ਛੋੜ ਦੂੰਗਾ, ਆਜ ਦਿੱਲੀ ਕੇ ਅੰਦਰ ਮੇਰੇ ਪਾਸ ਘਰ ਵੀ ਨਹੀਂ ਹੈ ਰਹਿਣੇ ਕੇ ਲੀਏ। ਮੇਰੇ ਕੋ ਕਈ ਲੋਕ ਕਹਤੇ ਹੈ ਕੈਸਾ ਆਦਮੀ ਹੈ ਯਾਰ ਤੂੰ, 10 ਸਾਲ ਰਾਜਨੀਤੀ ਕਰੀ, 10 ਸਾਲ ਸੀਐਮ ਰਹਿ ਗਿਆ,
10 साल में तो 10 कोठियां बन जाती, 10 घर बन जाते, 10 प्लॉट बन जाते। मैंने कुछ नहीं कमाया 10 साल के अंदर, केवल आपका आशीर्वाद कमाया, आपका प्यार कमाया है 10 साल के अंदर। और उसी प्यार का नतीजा है आज जब मैं घर छोड़ूंगा मेरे पास इतने लोगों के फोन आ रहे हैं, इतने लोगों के मैसेज आ रहे हैं, जी मेरा घर ले लो, मेरा घर ले लो, मैं किराया नहीं लूंगा, मेरा घर ले लो। मैं आप सब लोगों का शुक्रिया अदा करता हूं। अभी श्राद्ध चल रहे हैं, श्राद्ध खत्म होने के बाद जैसे ही नवरात्र शुरू होंगे मैं सीएम आवास छोड़ दूंगा और आप में से ही किसी के घर आके मैं आपके साथ रहना चालू कर दूंगा। इन्होंने, मोदी जी ने हमारे ऊपर सबसे कठोर कानून लगाया इस देश का, ईडी का कानून, पीएमएलए, उसमें बेल भी नहीं मिलती, उसमें बेल भी नहीं मिलती, लेकिन केस फर्जी था। मैं शुक्रिया अदा करता हूं सुप्रीम कोर्ट का, उन्होंने हम सबको बेल दे दी। अमरीका के सूबे अलवामा के बर्मिंगम विच गोलीबारी की घटना वापरी है जिस विच घट्टो घट्ट 4 लोगों की मौत हो गई, दर्जना लोग जख्मी दसे जा रहे हैं। पुलिस ने दसा कि स्थानक समय मुताबिक 11 बजे 5 पॉइंट साउथ इलाके विच गोलीबारी की घटना वापरी, 3 लोगों की मौके पर ही मौत हुई तो 1 की हस्पताल दे विच मौत हुई है। जख्मियों को इलाज के लिए हस्पताल विच भर्ती करवाया गया तो पुलिस वालों मामले की अगली जांच जारी है। यंग प्रोग्रेसिव सिख फोरम वालों रेखी फाउंडेशन अते बैला माउंड होटल के सहयोग नाल ओलंपिक्स अते पैरा ओलंपिक्स विच तमगे जितने वाले भारतीय खिडारियों के सम्मान लिए एक समारोह का आयोजन किया गया जिस विच राज्यसभा मैंबर डॉक्टर सतनाम सिंह संधु, पद्मश्री डॉक्टर विक्रमजीत सिंह सानी, इंडियन ओलंपिक एसोसीएशन के प्रधान राजा रणधीर सिंह, रेखी फाउंडेशन के फाउंडर डॉक्टर सतेंद्र सिंह रेखी, यंग प्रोग्रेसिव सिख फोरम के प्रधान डॉक्टर प्रभलीन सिंह, यंग प्रोग्रेसिव सिख फोरम दिल्ली के प्रधान डॉक्टर गुरमीत सिंह ने खिडारियों को सम्मानित किया। इस मौके उन्होंने शानदार प्रदर्शन लिए उन्होंने बधाई दी। इस मौके खिडारी ने सम्मान लिए प्रबंधकों का धन्यवाद किया। अज दिल्ली इतने YPSF वालों जिथे पंजाब दे जो मैं समझदा कई दहाकों बाद जी टीम एनकी पैरिस ओलंपिक्स के ब्रोंज मैडल पंजाब इंडिया की टीम ने जितया उधर जो पंजाब दे 8 खिलाड़ी सी वो सारे ही आज इत्थे आए, असी उन्हां दा सन्मान किया, नाल ही आर्चरी दे, नाल ही जिहड़े पिस्टल दे, शूटिंग दे, जिन्हें भी खिलाड़ी जिन्हां ने माण साडे भारत दा नाम रोशन किया। और मैं समझदा कि पंजाब दे विच कदी हॉकी दे विच संसारपुर इक्को ही पिंड सी कि जिथों संसारपुर चों ही सैकड़े जिहड़े हॉकी दे खिलाड़ी पैदा होए जिन्हां ने गोल्ड मैडल जितते, पर किते ना किते साड़ियाँ खेडां जनरली भी पिछे रह गई, खेडां वल ध्यान भी पिछे रह गया। और इस करके मैं समझदा कि जिहड़ा पंजाब दा या होर हरियाणे दा या होर साडे भारत दा यूथ है वो कुराहे पै गया, भावें वह ड्रग्स दे विच, भावें वह बाहर जान दे इमीग्रेशन एजेंटां दे चक्कर दे विच, ते मैं समझदा कि खेडां दा इंफ्रास्ट्रक्चर नूं स्ट्रेंथन करना बहुत जरूरी है। मैं कि पार्लीमेंट दे विच जिहड़ी खेल इंडिया स्कीम है उदे अंतर्गत भी पंजाब ते हरियाणा नाल थोड़ा जिहा वितकरा होया क्योंकि साडे 20 प्लेयर पंजाब तो गए लेकिन और 117 प्लेयर दे विचों समझो 20% हो गए, पर सानू जिहड़ा खेलो इंडिया दे विच 3.8% फंड पंजाब नूं मिलिया, हरियाणा नूं भी घट मिलिया फॉर दैट वे। तो मैं बेनती की
ਸਪੋਰਟਸ ਮਿਨਿਸਟਰ ਨੂੰ ਔਰ ਸਾਡੇ ਚੇਅਰਮੈਨ ਸਾਹਿਬ ਨੂੰ ਕਿ ਵੀ ਜਿਹੜੀਆਂ ਸਟੇਟਾਂ ਪ੍ਰਪੋਰਸ਼ਨੇਟ ਜਿੰਨੇ ਉਹ ਖਿਡਾਰੀ ਓਲੰਪੀਕਸ ਦੇ ਵਿੱਚ ਏਸ਼ੀਅਨ ਗੇਮ ਦੇ ਵਿੱਚ ਕਾਮਨਵੈਲਥ ਖੇਡਾਂ ਦੇ ਵਿੱਚ ਭੇਜ ਰਹੀਆਂ ਉਸ ਖਿਡਾਰੀਆਂ ਦੇ ਪ੍ਰਪੋਰਸ਼ਨੇਟ ਦੇ ਨਾਲ ਉਹਨਾਂ ਨੂੰ ਖੇਡਾਂ ਦਾ ਬਜਟ ਅਲਾਟ ਹੋਣਾ ਚਾਹੀਦਾ ਅਤੇ ਮੈਨੂੰ ਖੁਸ਼ੀ ਹੈ ਕਿ ਉਹਨਾਂ ਨੇ ਮੇਰੀ ਸੁਜੈਸ਼ਨ ਇਹ ਪ੍ਰਵਾਨ ਕੀਤੀ ਹੈ ਅਤੇ ਉਹ ਅਗਲੀ ਵਾਰੀ ਉਹ ਜਦੋਂ ਡਿਸਟ੍ਰੀਬਿਊਟ ਕਰਨਗੇ ਇਹਦੀ ਜ਼ਿਆਦਾ ਰੈਸ਼ਨਲ ਡਿਸਟ੍ਰੀਬਿਊਸ਼ਨ ਹੋਏਗੀ ਸਟੇਟ ਸੂਬਿਆਂ ਨੂੰ ਵੀ ਚਾਹੀਏ ਔਰ ਜਿੰਨੀਆਂ ਪ੍ਰਾਈਵੇਟ ਖਾਸ ਕਰਕੇ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਕਾਲਜਿਸ ਨੇ ਹੋਰ ਇੰਡੀਵਿਜੁਅਲ ਯੂਨੀਵਰਸਿਟੀਜ਼ ਹੈ ਸਰਕਾਰ ਵੱਲੋਂ ਵੀ ਕਿਉਂਕਿ ਖੇਡਾਂ ਹੀ ਸਾਡੇ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਕਰ ਸਕਦੀਆਂ ਸਾਨੂੰ ਖੇਡਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਜੋ ਖੇਡਾਂ ਫੁੱਟਬਾਲ ਸੀ ਹਾਕੀ ਸੀ ਉਹ ਜੋ ਖਤਮ ਹੋ ਰਹੀਆਂ ਉਹ ਉਹਨਾਂ ਨੂੰ ਦੁਬਾਰਾ ਲਿਆਉਣਾ ਚਾਹੀਦਾ ਕਬੱਡੀ ਵੀ ਆ ਰਹੀ ਹੈ ਤਾਂ ਕਿ ਇੱਕ ਪਾਸੇ ਸਾਡਾ ਨੌਜਵਾਨ ਤੰਦਰੁਸਤ ਹੋ ਸਕੇ ਫਿੱਟ ਰਹਿ ਸਕੇ ਫਿੱਟ ਇੰਡੀਆ ਭਾਰਤ ਦਾ ਨਾਂ ਰੌਸ਼ਨ ਕਰ ਸਕੇ ਪੰਜਾਬ ਦਾ ਨਾਂ ਰੌਸ਼ਨ ਕਰ ਸਕੇ ਔਰ ਸਾਰੀ ਸਮਾਜਿਕ ਬੁਰਾਈਆਂ ਤੋਂ ਬਚ ਸਕੇ ਅਤੇ ਮੈਂ ਸਮਝਦਾ ਕਿ ਅੱਜ ਇਹ ਬਹੁਤ ਅੱਛਾ ਪਹਿਲ ਹੋਈ ਹੈ ਕਿ ਅਸੀਂ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਹੈ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਦੇਖੀਏ ਇਸ ਵਾਰ ਹਮਾਰੀ ਪਰਫੋਰਮੈਂਸ ਜੋ ਹੈ ਹਾਕੀ ਮੇਂ ਓਲੰਪਿਕਸ ਮੇਂ ਆਪਣਾ ਏਸ਼ੀਅਨ ਗੇਮਸ ਮੇਂ ਜੈਸੇ ਹਮਾਰੇ ਸਪੋਰਟਸ ਪਰਸਨ ਨੇ ਪਰਫੋਰਮ ਕੀਆ ਹੈ ਤੋ ਪੂਰੇ ਦੇਸ਼ ਕੀ ਰਿਸਪੋਂਸੀਬਿਲਟੀ ਬਣਤੀ ਹੈ ਕਿ ਆਪਣੇ ਨੌਜਵਾਨੋਂ ਕੋ ਜੋ ਹਮਾਰੇ ਦੇਸ਼ ਕੇ ਸਹੀ ਮਾਨੋ ਮੇਂ ਹੀਰੇ ਹੈ ਹੀਰੋ ਹੈ ਹਮਾਰੇ ਰੀਅਲ ਲਾਈਫ ਕੇ ਇਨਕੋ ਹਮੇਂ ਓਨਰ ਕਰਨਾ ਚਾਹੀਏ ਔਰ ਆਜ ਡਾਕਟਰ ਪ੍ਰਬਲੀਨ ਔਰ ਉਨਕੇ ਸਾਥੀਓਂ ਨੇ ਯੇ ਬਹੁਤ ਅੱਛਾ ਕਾਰਜਕ੍ਰਮ ਰੱਖਾ ਹੈ ਜਹਾਂ ਪੇ ਹਮਾਰੇ ਜੋ ਓਲੰਪੀਅਨ ਹੈ ਪੈਰਾ ਓਲੰਪੀਅਨ ਹੈ ਉਨਕੋ ਯਹਾਂ ਪੇ ਸਨਮਾਨਿਤ ਕੀਆ ਗਿਆ ਲੇਕਿਨ ਸਰ ਜਿਸ ਤਰੀਕੇ ਸੇ ਆਜ ਵੀ ਖੇਲੋ ਕੀ ਅਗਰ ਬਾਤ ਕਰੇ ਤੋ ਉਨਕੋ ਵੋ ਸੁਵਿਧਾ ਨਹੀਂ ਮਿਲ ਪਾਤੀ ਵੋ ਸੁਵਿਧਾ ਨਹੀਂ ਮਿਲ ਪਾਤੀ ਜੋ ਮਿਲਣੀ ਚਾਹੀਏ ਨਹੀਂ ਐਸਾ ਨਹੀਂ ਆਪ ਦੇਖੀਏ ਦੇਸ਼ ਮੇਂ ਬਹੁਤ ਸੁਧਾਰ ਹੋਆ ਹੈ ਖੇਲੋ ਇੰਡੀਆ ਕੇ ਆਣੇ ਸੇ ਆਪ ਦੇਖੋਗੇ ਇੱਕ ਮਾਹੌਲ ਹੀ ਅਲੱਗ ਬਣ ਗਿਆ ਹੈ ਖੇਲੋ ਇੰਡੀਆ ਮੇਂ ਹਰ ਇੰਸਟੀਟਿਊਸ਼ਨ ਕੇ ਬੱਚੇ ਪਾਰਟੀਸਪੇਟ ਕਰ ਰਹੇ ਹੈ ਦੇਸ਼ ਕੇ ਹਰ ਗਾਓਂ ਸੇ ਬੱਚੇ ਉਸਮੇਂ ਪਾਰਟੀਸਪੇਟ ਕਰ ਰਹੇ ਹੈ ਐਸਾ ਨਹੀਂ ਹੈ ਲੇਕਿਨ ਅਭੀ ਬਹੁਤ ਕੁਛ ਔਰ ਕਰਨਾ ਬਾਕੀ ਹੈ ਹਮਾਰੇ ਦੇਸ਼ ਕੇ ਪ੍ਰਧਾਨ ਮੰਤਰੀ ਜੀ ਨੇ ਇਹ ਇੱਕ ਵਿਜ਼ਨ ਦਿਆ ਹੈ ਦੇਸ਼ ਕੋ ਇਹ ਉਹਨਾਂ ਨੇ ਇੱਕ ਪ੍ਰੋਮਿਸ ਕੀਆ ਹੈ ਕਿ 2036 ਤੱਕ ਜੋ ਓਲੰਪਿਕਸ ਹੈ ਉਹ ਭਾਰਤ ਮੇਂ ਹੋਗੀ ਔਰ ਇਹ ਹਮਾਰੇ ਦੇਸ਼ ਕੇ ਲਈ ਬਹੁਤ ਬੜੀ ਗਰਵ ਕੀ ਬਾਤ ਹੋਗੀ ਔਰ ਉਸਕੀ ਤਿਆਰੀਓਂ ਕੇ ਲੀਏ ਜ਼ਰੂਰੀ ਹੈ ਕਿ ਹਮ ਪੂਰਾ ਦੇਸ਼ ਹੀ ਪੂਰੀ ਸੰਸਥਾਏ ਪੂਰਾ ਸਮਾਜ ਇਸਕੀ ਔਰ ਲਗੇ ਅਸੀਂ ਖਾਲੀ ਹਾਕੀ ਵਾਸਤੇ ਹੀ ਨਹੀਂ ਅਸੀਂ ਸਮਝਦੇ ਹਾਂ ਕਿ ਹਰ ਖਿਲਾੜੀ ਚਾਹੇ ਭਾਵੇਂ ਉਹ ਹਾਕੀ ਖੇਡਦਾ ਹੋਵੇ ਭਾਵੇਂ ਕੋਈ ਵੀ ਸਪੋਰਟਸ ਖੇਡਦਾ ਹੋਵੇ ਜਿਹੜਾ ਉਹ ਜਜ਼ਬਾ ਉਹ ਲੈ ਕੇ ਤਿਰੰਗੇ ਵਾਸਤੇ ਅੱਗੇ ਚੱਲ ਰਿਹਾ ਹੈ ਉਸ ਜਜ਼ਬੇ ਵਾਸਤੇ ਅਸੀਂ ਚਾਹਵਾਂਗੇ ਕਿ ਅਸੀਂ ਸਾਰੇ ਅੱਗੇ ਆਈਏ ਅਸੀਂ ਕਹਾਂਗੇ ਕਿ ਰਾਜਾ ਸਾਹਿਬ ਨੇ ਜਿਹੜੀ ਸਾਨੂੰ ਲੀਡਰਸ਼ਿਪ ਦਿੱਤੀ ਹੈ ਓਲੰਪਿਕਸ ਦੀ ਉਹ ਅਸੀਂ ਸਾਰੇ ਮਿਲ ਕੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਈਏ ਔਰ ਹਰ ਸਪੋਰਟਸ ਨੂੰ ਅੱਗੇ ਲੈ ਕੇ ਜਾਈਏ ਆਈ ਜਸਟ ਵਾਂਟ ਟੂ ਸੇ ਦਿਸ ਓਨਲੀ ਔਰ ਇਹ ਪਲੈਟਫਾਰਮ ਜਿਹੜਾ ਅਸੀਂ ਬੈਲਾ ਮੋਂਡੇ ਵੱਲੋਂ ਔਰ YPSF ਵੱਲੋਂ ਤਿਆਰ ਕੀਤਾ ਹੈ ਅਤੇ ਅਸੀਂ ਇਹੀ ਚਾਹਵਾਂਗੇ ਕਿ ਇਹ ਸੇਵਾ ਅਸੀਂ ਦੇਸ਼ ਕੌਮ ਵਾਸਤੇ ਹਮੇਸ਼ਾ ਕਰਦੇ ਰਹੀਏ ਔਰ ਅਸੀਂ ਹਮੇਸ਼ਾ ਇਹ ਚਾਹਵਾਂਗੇ ਕਿ ਅਸੀਂ ਐਥਲੀਟਸ ਨੂੰ ਸਪੋਰਟਸ ਨੂੰ ਬਹੁਤ ਅੱਗੇ ਲੈ ਕੇ ਜਾਈਏ ਜਿਹੜਾ ਯੋਗਦਾਨ ਅਸੀਂ ਦੇ ਪਾਈਏ ਉਹ ਅਸੀਂ ਜ਼ਰੂਰ ਦੇਵਾਂਗੇ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨਾਂ ਨੇ YPSF ਵਾਸਤੇ ਬਹੁਤ ਕੰਮ ਕਰ ਰਹੇ ਨੇ ਔਰ ਆਪਣੀ ਕੌਮ ਵਾਸਤੇ ਪੰਜਾਬੀਆਂ ਵਾਸਤੇ ਸਭ ਵਾਸਤੇ ਇਹਨਾਂ ਨੇ ਇੰਨਾ ਕੁਛ ਕੀਤਾ ਹੈ ਐਜੂਕੇਸ਼ਨਲ ਫਰੰਟ 'ਤੇ ਹਰੇਕ ਜਗ੍ਹਾ 'ਤੇ ਇਹ ਪਹਿਲੀ ਦਫਾ ਇਹਨਾਂ ਨੇ ਕੀਤਾ ਜਿਹਦੇ ਵਿੱਚ ਓਨਰ ਕੀਤੇ ਸਪੋਰਟਸ ਵਾਲੇ ਔਰ ਆਪਣੇ ਖਿਡਾਰੀ ਕਾਫੀ ਪੰਜਾਬੋਂ ਆਏ ਐਂਡ ਸਾਨੂੰ ਖੁਸ਼ੀ ਦੀ ਗੱਲ ਹੈ ਤਾਂ ਇਹ ਤਾਂ ਬੜੀ ਅੱਛੀ ਗੱਲ ਹੈ ਔਰ ਜਿੰਨਾ ਵੀ ਕਰੋਗੇ ਜਾਂ ਆਫਟਰ ਆਲ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਮੈਡਲ ਜਿੱਤਣ ਪਿੱਛੇ ਤਾਂ ਜਿੰਨੀ ਆਪਾਂ ਨੂੰ ਇਹਨਾਂ ਦੀ ਇੱਜ਼ਤ ਅਫਸਾਈ ਕਰਾਂਗੇ ਖਿਡਾਰੀਆਂ ਦੀ ਓਨਾ ਹੀ ਖੇਡਾਂ ਵਾਲਿਆਂ ਨੂੰ ਸ਼ੌਕ ਵੱਧਦਾ ਅਗਲੇ ਬੱਚਿਆਂ ਨੂੰ ਵੀ ਵੱਧਦਾ ਔਰ ਸਾਡੇ ਖਿਡਾਰੀ ਦੀ ਡਿਜ਼ਰਵ ਇਟ ਮੋਟੀਵੇਸ਼ਨ ਮਿਲਦੀ ਹੈ ਇੱਦਾਂ ਦੀ ਸਪੋਰਟ ਵੀ ਅਤੇ ਇੱਦਾਂ ਦਾ ਮੋਟੀਵੇਸ਼ਨ ਅਤੇ ਇੰਨਾ ਵਧੀਆ ਇਵੈਂਟ ਰੱਖਿਆ ਗੁਰਮੇਲ ਸਰ ਨੇ ਅਤੇ ਸਭ ਤੋਂ ਵੱਡੀ ਗੱਲ
ਰਣਿੰਦਰ ਸਰ ਵੀ ਆਏ ਹੋਏ ਸੀ ਇੱਥੇ ਅਤੇ ਬਹੁਤ ਵਧੀਆ ਲੱਗਦਾ ਹਰ ਐਥਲੀਟ ਨੂੰ। ਕੀ ਅੱਗੇ ਬੱਚਿਆਂ ਮੈਸੇਜ ਦੇਣਾ ਚਾਹੋਗੇ? ਮੈਂ ਆਹੀ ਕਹਾਂਗਾ ਸਾਰੇ ਜਵਾਕਾਂ ਨੂੰ ਕਿ ਲਾਈਕ ਕੋਈ ਵੀ ਇੱਕ ਗੇਮ ਕਰੋ ਅਤੇ ਫੋਕਸ ਨਾਲੋ ਅਤੇ ਮਾਇੰਡ ਸੈਟ ਅਤੇ ਪ੍ਰੋਪਰ ਡਿਸਿਪਲਿਨ। ਬੜੀ ਖੁਸ਼ੀ ਦੀ ਗੱਲ ਹੈ ਜੀ, ਜਦੋਂ ਵੀ ਕੋਈ ਪਲੇਅਰ ਜਿੱਤ ਕੇ ਆਉਂਦਾ ਜਾਂ ਕੋਈ ਵੀ ਤੁਸੀਂ ਅਚੀਵਮੈਂਟ ਕਰਕੇ ਆਉਂਦੇ ਹੋ, ਜਦੋਂ ਮਤਲਬ ਸਾਰੇ ਲੋਕ ਤੁਹਾਨੂੰ ਐਪਰੀਸ਼ੀਏਟ ਕਰਦੇ ਆ, ਤੁਹਾਡੀ ਜਿੱਤ ਨੂੰ, ਤੁਹਾਡੀ ਗੇਮ ਨੂੰ ਐਪਰੀਸ਼ੀਏਟ ਕਰਦੇ ਆ, ਤਾਂ ਹਮੇਸ਼ਾ ਹੀ ਸਾਰੀਆਂ ਉਹੋ ਜਿਹੀਆਂ ਮੂਵਮੈਂਟ ਸਾਡੇ ਲਈ ਹਮੇਸ਼ਾ ਹੀ ਬਹੁਤ ਸਪੈਸ਼ਲ ਹੁੰਦੀਆਂ ਜੀ। ਬਹੁਤ ਵਧੀਆ ਉਪਰਾਲਾ ਜੀ ਇਹ YPSF ਦਾ, ਡਾਕਟਰ ਗੁਰਮੀਤ ਜੀ ਦਾ, ਪ੍ਰਭਲਨ ਜੀ ਦਾ, ਅਤੇ ਮੈਂ ਸਮਝਦਾ ਕਿ ਅੱਜ ਓਨਰ ਕੀਤਾ ਗਿਆ ਜਿਹੜੇ ਹਾਕੀ ਦੇ ਮੈਡਲਿਸਟ ਸੀ, ਸ਼ੂਟਰ ਸੀ, ਮੈਂ ਆਰਚਰੀ ਤੋਂ, ਤਾਂ ਡੈਫੀਨੇਟਲੀ ਸਾਨੂੰ ਇੰਨਾ ਮਾਨ ਸਨਮਾਨ ਪਿਆਰ ਮਿਲਦਾ ਹੈ ਪੂਰੇ ਦੇਸ਼ ਤੋਂ, ਔਰ ਉਸੇ ਦੀ ਕੜੀ ਦੇ ਵਿੱਚ ਅੱਜ ਅਸੀਂ ਇੱਥੇ ਸਾਨੂੰ ਮਾਨ ਸਨਮਾਨ ਮਿਲਿਆ, ਤਾਂ ਬਹੁਤ ਖੁਸ਼ੀ ਹੋ ਰਹੀ ਹੈ। ਪੰਜਾਬ ਪੁਲਿਸ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਉੱਤੇ ਮੁੜ ਤੋਂ NSA ਲਗਾਉਣ ਸੰਬੰਧੀ ਹਾਈਕੋਰਟ ਵਿੱਚ ਜਵਾਬ ਦਾਇਰ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਮੁਲਜ਼ਮ ਸੂਬੇ ਦੀ ਕਾਨੂੰਨ ਵਿਵਸਥਾ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਲਈ ਵੀ ਖਤਰਾ ਨੇ। ਪੁਲਿਸ ਨੇ ਇਸ ਦੇ ਨਾਲ ਕੁਝ ਵੀਡੀਓ ਕਲਿੱਪਾਂ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਮੁਲਜ਼ਮ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦਾ ਵੀ ਹੋਈ ਹਾਲ ਹੋਵੇਗਾ ਜੋ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਹੋਇਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਹੋਵੇਗੀ। ਇਸ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਉੱਤੇ NSA ਲਗਾਉਣ ਸੰਬੰਧੀ ਸਾਰਾ ਰਿਕਾਰਡ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਅੰਮ੍ਰਿਤਪਾਲ ਦੇ ਸਾਥੀਆਂ ਸਰਬਜੀਤ ਸਿੰਘ ਕਲਸੀ, ਗੁਰਮੀਤ ਸਿੰਘ ਗਿੱਲ, ਪੱਪਲਪ੍ਰੀਤ ਸਿੰਘ ਅਤੇ ਹੋਰਾਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਉਹਨਾਂ ਵਿਰੁੱਧ NSA ਲਗਾਉਣ ਸਮੇਤ ਕਾਰਵਾਈ ਗੈਰ ਸੰਵਿਧਾਨਿਕ ਕਾਨੂੰਨ ਦੇ ਵਿਰੁੱਧ ਹੈ ਅਤੇ ਸਿਆਸੀ ਮਤਭੇਦ ਕਾਰਨ ਕੀਤੀ ਗਈ ਹੈ ਜੋ ਕਿ ਗਲਤ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ 2 ਹਫ਼ਤਿਆਂ ਤੋਂ ਚੱਲੇ ਇੱਕ ਵੱਡੇ ਆਪਰੇਸ਼ਨ ਦੌਰਾਨ ਹਥਿਆਰਾਂ ਦੇ ਵਪਾਰ ਵਿੱਚ ਸ਼ਾਮਲ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ 2 ਹਫ਼ਤਿਆਂ ਤੱਕ ਚੱਲੇ ਆਪਰੇਸ਼ਨ ਦੌਰਾਨ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ 17 ਖਤਰਨਾਕ ਅਪਰਾਧੀਆਂ ਨੂੰ ਕਾਬੂ ਕੀਤਾ। ਇਸ ਵਿੱਚ ਖਤਰਨਾਕ ਅਪਰਾਧੀ ਕਨੂੰ ਗੁੱਜਰ, ਇੱਕ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਅਤੇ ਹੋਰ ਸ਼ਾਮਲ ਨੇ। ਫੜੇ ਗਏ ਦੋਸ਼ੀਆਂ ਵਿਰੁੱਧ 38 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ ਜੋ ਕਿ ਸਮਾਜ ਲਈ ਗੰਭੀਰ ਖਤਰਾ ਬਣ ਰਹੇ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬਰਾਮਦਗੀ ਵਿੱਚ 18 ਹਥਿਆਰ, 66 ਕਾਰਤੂਸ ਅਤੇ 1.1 ਕਿਲੋ ਹੈਰੋਇਨ ਸ਼ਾਮਲ ਹੈ ਜੋ ਕਿ ਕਮਿਸ਼ਨਰੇਟ ਪੁਲਿਸ ਦੇ ਠੋਸ ਯਤਨਾਂ ਕਾਰਨ ਬਰਾਮਦ ਕੀਤੀ ਗਈ ਹੈ। ਸੰਗਰੂਰ ਨੇੜਲੇ ਚੀਮਾ ਦੇ ਇੱਕ ਨੌਜਵਾਨ ਦਾ ਉਸਦੇ ਹੀ ਪਿਓ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਘਰ ਵਿੱਚ ਮਾਂ ਧੀ ਦੀ ਜਾਨ ਬਹੁਤ ਹੀ ਮੁਸ਼ਕਲ ਦੇ ਨਾਲ ਬਚੀ ਹੈ। ਪੁਲਿਸ ਨੇ ਸਥਾਨਕ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਕਾਰਵਾਈ ਸ਼ੁਰੂ ਕੀਤੀ ਹੈ। ਇਸ ਸਬੰਧੀ ਚੀਮਾ ਥਾਣਾ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਰਵੀਨਾ ਰਾਣੀ ਉਰਫ ਪਰਮਜੀਤ ਕੌਰ ਚੀਮਾ ਨੇ ਜਾਣਕਾਰੀ ਦਿੱਤੀ ਕਿ ਅਮਨਦੀਪ ਸਿੰਘ ਦੇ ਪਿਓ ਗੋਪਾਲ ਸਿੰਘ, ਜੋ ਕਿ ਫੌਜ ਵਿੱਚੋਂ ਰਿਟਾਇਰ ਸੀ ਅਤੇ ਹੁਣ ਨਿੱਜੀ ਤੌਰ ਉੱਤੇ ਕੰਮ ਕਰਦਾ ਸੀ, ਪਿਓ ਗੋਪਾਲ ਸਿੰਘ ਦੇ ਕਿਸੇ ਮਹਿਲਾ ਦੇ ਨਾਲ ਨਾਜਾਇਜ਼ ਸਬੰਧ ਸਨ ਜਿਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ। ਇਸੇ ਦੌਰਾਨ ਗੋਪਾਲ ਸਿੰਘ ਨੇ ਝਗੜੇ ਤੋਂ ਬਾਅਦ ਆਪਣੇ ਲੜਕੇ ਅਮਨਦੀਪ ਸਿੰਘ ਦੇ ਗੋਲੀ ਮਾਰ ਦਿੱਤੀ ਜਿਸ ਨਾਲ ਉਸਦੀ ਮੌਤ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਗੋਪਾਲ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ। ਬਹੁਤ ਟਾਈਮ ਦਾ ਇਹ ਜਿਹੜਾ ਸੀਗਾ ਬੰਦਾ ਤੰਗ ਕਰ ਰਿਹਾ ਸੀ ਬੱਚਿਆਂ ਨੂੰ, ਬਹੁਤ ਟਾਈਮ ਦਾ ਕੁੱਟਮਾਰ ਕਰ ਰਿਹਾ ਸੀਗਾ ਕਿ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੱਦ ਪਾਰ ਗਿਆ ਕਰ ਗਿਆ ਵੀ ਬੱਚਿਆਂ ਨੂੰ ਪਹਿਲਾਂ ਤਾਂ ਉਹਨਾਂ ਦੇ ਮਾਂਗਰ ਪੈ ਗਿਆ ਰਾਈਫਲ ਲੈ ਕੇ ਤਾਂ ਕਿ ਜੋ ਬਾਹਰ ਬੱਚੇ ਉਹਨਾਂ ਤੋਂ ਖਹਿੜਾ ਛਡਾ ਕੇ ਬਾਹਰ ਨੂੰ ਭੱਜੇ ਤਾਂ ਬਾਹਰ ਭੱਜਣ ਸਾਰ ਨਿਕਲ ਕੇ ਬਾਹਰ ਹੀ ਉੱਥੇ ਗਲੀ 'ਚ ਖੜ੍ਹ ਕੇ ਫਾਇਰ ਮਾਰਿਆ। ਅਜਿਹਾ ਕੀ ਕਾਰਨ ਸੀ ਜਿਹੜਾ ਕਿ ਹਮੇਸ਼ਾ ਹੀ ਕੁੱਟਮਾਰ ਰਹਿੰਦੀ ਸੀ? ਇਹ ਕੀ ਇਹਦਾ ਕਾਰਨ ਸੀਗਾ ਜੀ ਕਿ ਜਿਹੜਾ ਫਾਦਰ ਸਾਹਿਬ ਸੀਗੇ ਬੇਟੇ ਦੇ ਉਹ ਗਲਤ ਚੱਲ ਰਹੇ ਸੀਗੇ ਜੋ ਕਿ ਜਿਹਦੇ ਕਾਰਨ ਘਰ 'ਚ ਕਲੇਸ਼ ਰਹਿ ਰਿਹਾ ਸੀਗਾ।
ਨੌਜਵਾਨ ਦੀ ਕਿੰਨੀ ਉਮਰ ਸੀ ਜੀ ਇਹਦੀ, ਕੀ ਕਰਦਾ ਸੀ? 19 ਸਾਲ ਦੀ ਉਮਰ ਸੀ ਜੀ, ਸਟੱਡੀ ਕਰ ਰਿਹਾ ਸੀਗਾ। ਅੱਛਾ, ਕਿੱਥੇ ਕਰ ਪੜ੍ਹਦਾ ਸੀਗਾ ਜੀ? ਇਹ ਆਪਣੇ ਭਿੱਖੀ ਕੋਲੇ ਕਾਲਜ 'ਚ ਜੀ। ਸਾਨੂੰ ਅੱਜ ਸਵੇਰੇ ਰਵੀਨਾ ਰਾਣੀ ਉਰਫ ਪਰਮਜੀਤ ਕੌਰ ਪਤਨੀ ਗੋਪਾਲ ਸਿੰਘ ਵਾਸੀ ਚੀਮਾ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਘਰੇਲੂ ਕਲੇਸ਼ ਰਹਿੰਦਾ ਸੀ, ਮੇਰਾ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਕੋਈ ਸੰਬੰਧ ਸੀ ਜਿਸ ਕਰਕੇ ਘਰ ਕਲੇਸ਼ ਰਹਿੰਦਾ ਸੀ। ਰਾਤੀ 11 ਵਜੇ ਕਰੀਬ, ਬੀਤੀ ਰਾਤ 11 ਵਜੇ ਕਰੀਬ ਗੋਪਾਲ ਸਿੰਘ ਨੇ ਆਪਣੇ ਬੇਟੇ ਅਮਨਦੀਪ ਦੇ, ਜੋ ਕਿ 19 ਸਾਲ ਦਾ ਸੀ, ਗੋਲੀ ਮਾਰ ਕੇ ਉਹਨੂੰ ਮਾਰਤਾ। ਅਮਨਦੀਪ ਕੀ ਕਰਦਾ ਸੀ? ਅਮਨਦੀਪ ਸਿੰਘ ਆਪਣਾ BA ਦੀ ਪੜ੍ਹਾਈ ਕਰ ਰਿਹਾ ਸੀ ਜੀ। ਉਹਦੇ ਡੈਡੀ ਪਿਤਾ ਜੀ ਕੀ ਕਰਦੇ? ਪਿਤਾ ਜੀ ਉਹਦੇ ਫੌਜ 'ਚੋਂ ਰਿਟਾਇਰ ਸੀ ਅਤੇ ਅੱਜ ਕੱਲ੍ਹ ਸਤੌਜ ਵਿਖੇ ਕਿਸੇ ਅਕੈਡਮੀ ਸਕਿਉਰਟੀ ਗਾਰਡ ਦੀ ਡਿਊਟੀ ਕਰ ਰਹੇ ਸੀ। ਕਿਹੜੀ ਤਰ੍ਹਾਂ ਦਾ ਸਰ ਮੁਕੱਦਮਾ ਦਰਜ ਕੀਤਾ ਜੀ? ਇਹ 103(1) BNS ਅਤੇ 27 ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਗ੍ਰਿਫਤਾਰੀ ਹੋ ਗਈ ਸਰ? ਦੋਸ਼ੀ ਦੀ ਭਾਲ ਜਾਰੀ ਹੈ, ਅਸੀਂ ਜਲਦੀ ਇਹਨੂੰ ਗ੍ਰਿਫਤਾਰ ਕਰ ਲਾਂਗੇ। ਜ਼ੀਰਕਪੁਰ ਵਿੱਚ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਉੱਤੇ ਸਖਤੀ ਵਧਾ ਦਿੱਤੀ ਹੈ ਅਤੇ ਕਈ ਲੋਕਾਂ ਦੇ ਚਲਾਨ ਕੱਟੇ ਨੇ ਅਤੇ ਕਈਆਂ ਦੀਆਂ ਗੱਡੀਆਂ ਭੌਂਡ ਕੀਤੀਆਂ ਨੇ। SHO ਜਸਕਮਲ ਸਿੰਘ ਸੇਖੋਂ ਨੇ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਸਾਡੇ ਮਾਣਯੋਗ SSP ਸਾਹਿਬ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਦੇ ਪਿਛਲੇ ਮਹੀਨੇ ਤੋਂ ਲਗਾਤਾਰ ਹੀ ਸਾਡੀ ਕਾਰੋਬਾਰ ਦੇ ਤਹਿਤ ਕਾਰੋਬਾਰ ਮੁਹਿੰਮ ਦੇ ਤਹਿਤ ਜਿਹੜੇ ਵੀਕਐਂਡ 'ਤੇ ਜਿਹੜੀ ਪਬਲਿਕ ਪਲੇਸ 'ਤੇ ਡਰਿੰਕਿੰਗ ਅਤੇ ਕਾਰਾਂ 'ਚ ਬੈਠ ਕੇ ਡਰਿੰਕਿੰਗ ਕੀਤੀ ਹੈ, ਉਸਦੇ ਅਗੇਂਸਟ ਮੁਹਿੰਮ ਚੱਲਦੀ ਪਈ ਹੈ। ਉਸੇ ਮੁਹਿੰਮ ਦੇ ਤਹਿਤ ਅੱਜ ਅਸੀਂ ਇੱਥੇ ਖਾਲਕਾ ਚੌਂਕ 'ਤੇ ਨਾਕਾਬੰਦੀ ਕੀਤੀ ਹੋਈ ਹੈ। ਸਰ, ਕਿੰਨੇ ਕੁ ਅੱਜ ਗੱਡੀਆਂ ਬੋਲ ਕੀਤੀਆਂ, ਚਲਾਨ ਕੀਤੇ ਗਏ? ਹੁਣ ਤੱਕ ਜੀ ਅਸੀਂ 8 ਡਰਿੰਕ ਐਂਡ ਡਰਾਈਵ ਦੇ ਚਲਾਨ ਕਰਦੇ ਨੇ ਜੀ, 3 ਘੰਟੀਆਂ ਪਾਉਂਡ ਕਰਦੇ ਹਾਂ। ਅਸੀਂ ਇਹ ਜਿਹੜੀ ਕੰਪੇਨ ਹੈ 7-11 ਵਜੇ ਤੱਕ ਕਰਦੇ ਹਾਂ ਅਤੇ 11 ਵਜੇ ਤੱਕ ਕੰਟੀਨਿਊ ਰਹਿੰਦੀ ਹੈ। ਸਰ, ਕਿੱਥੇ ਨਾਕਾਬੰਦੀ ਕੀਤੀ ਜਾਂਦੀ ਹੈ ਰੋਜ਼ਾਨਾ? ਅਸੀਂ ਨਾ ਜੀ ਜ਼ੀਰਕਪੁਰ ਦੇ ਵਿੱਚ, ਜੇ ਤੁਹਾਨੂੰ ਮੈਂ ਗੱਲ ਕਰਾਂ ਤਾਂ ਅਸੀਂ 4 ਜਗ੍ਹਾ ਆਈਡੈਂਟੀਫਾਈ ਕੀਤੀਆਂ ਹੋਈਆਂ ਨੇ, ਕਾਲਕਾ ਚੌਂਕ, ਪਟਿਆਲਾ ਚੌਂਕ, VIP ਰੋਡ ਅਤੇ ਮੇਨ ਹਾਈਵੇ। ਬਟ ਇਸ ਤੋਂ ਇਲਾਵਾ ਵੀ ਜਿੱਥੇ ਵੀ ਸਾਨੂੰ ਲੱਗਦਾ ਵਾਇਲੇਟਰ ਜ਼ਿਆਦਾ ਨੇ ਇਸ ਚੀਜ਼ ਦੇ, ਅਸੀਂ ਐਲੀਮੈਂਟ ਆਫ ਸਰਪ੍ਰਾਈਜ਼ ਰੱਖਿਆ ਨੇ, ਬਦਲ ਬਦਲ ਕੇ ਅਲੱਗ ਅਲੱਗ ਜਗ੍ਹਾ 'ਤੇ ਨਾਕਾਬੰਦੀ ਕਰ ਰਹੇ ਹਾਂ। 10ਵੀਂ ਦੇ ਫਰਜ਼ੀ ਸਰਟੀਫਿਕੇਟਾਂ ਦੇ ਆਧਾਰ ਉੱਤੇ ਪੰਜਾਬ ਵਿੱਚ ਡਾਕ ਮਾਸਟਰ ਦੀ ਨੌਕਰੀ ਪ੍ਰਾਪਤ ਕਰਨ ਵਾਲੇ ਹਰਿਆਣਾ ਦੇ 2 ਨੌਜਵਾਨਾਂ ਦੇ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਮਾਮਲਾ ਪੋਸਟ ਆਫਿਸ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਦਰਜ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ SHO ਕੋਤਵਾਲੀ ਦਲਜੀਤ ਸਿੰਘ ਨੇ ਦੱਸਿਆ ਕਿ SSP ਬਠਿੰਡਾ ਨੂੰ ਪੋਸਟ ਆਫਿਸ ਦਾ ਸੁਪਰਡੈਂਟ ਅਜੇ ਕੁਮਾਰ ਅਤੇ ਰਾਜ ਕੁਮਾਰ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਡਾਕ ਵਿਭਾਗ ਵਿੱਚ ਸਾਲ 2022 ਵਿੱਚ ਗ੍ਰਾਮੀਣ ਡਾਕ ਸੇਵਕ ਦੀਆਂ ਪੋਸਟਾਂ ਕੱਢੀਆਂ ਗਈਆਂ ਸਨ। ਇਹਨਾਂ ਪੋਸਟਾਂ ਵਿੱਚ ਹਰਿਆਣਾ ਨਾਲ ਸੰਬੰਧਿਤ ਜੰਟਾ ਰਾਮ ਨਿਵਾਸੀ ਕੁੱਲਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਅਤੇ ਜਗਨਦੀਪ ਨਿਵਾਸੀ ਬਣੀ ਜ਼ਿਲ੍ਹਾ ਸਿਰਸਾ ਹਰਿਆਣਾ ਵੱਲੋਂ ਅਪਲਾਈ ਕੀਤਾ ਗਿਆ ਸੀ ਅਤੇ ਇਹਨਾਂ ਦੋਹਾਂ ਨੌਜਵਾਨ ਦੀ ਸਿਲੈਕਸ਼ਨ ਡਾਕ ਵਿਭਾਗ ਦੇ ਵੱਲੋਂ ਕੀਤੀ ਗਈ ਸੀ, ਪਰ ਇਹਨਾਂ ਵੱਲੋਂ ਜੋ ਸਰਟੀਫਿਕੇਟ ਵਿਭਾਗ ਨੂੰ ਉਪਲਬਧ ਕਰਵਾਏ ਗਏ ਸਨ, ਜਦੋਂ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਗਈ ਤਾਂ ਉਹ ਫਰਜ਼ੀ ਨਿਕਲੀ। ਇਹਨਾਂ ਵੱਲੋਂ ਇਹ ਫਰਜ਼ੀ ਸਰਟੀਫਿਕੇਟ UP ਦੇ ਕਿਸੇ ਸਕੂਲ ਤੋਂ ਤਿਆਰ ਕਰਵਾਏ ਗਏ ਸਨ। ਪੋਸਟ ਆਫਿਸ ਦੇ ਅਧਿਕਾਰੀਆਂ ਦੀ ਸ਼ਿਕਾਇਤ ਉੱਤੇ ਦੋਵੇਂ ਨੌਜਵਾਨਾਂ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਸੁਪਰਡੈਂਟ ਪੋਸਟ ਆਫਿਸ ਬਠਿੰਡਾ ਦਾ, ਉਹਨਾਂ ਨੇ ਇੱਕ ਸ਼ਿਕਾਇਤ ਆ ਜਿਹੜੀ ਮਾਣਯੋਗ SSP ਸਾਹਿਬ ਬਠਿੰਡਾ ਨੂੰ ਦਿੱਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਗਿਆ ਸੀ ਵੀ ਜਿਹੜੀਆਂ ਗ੍ਰਾਮੀਣ ਡਾਕ ਸੇਵਕ ਦੀਆਂ ਪੋਸਟਾਂ ਨਿਕਲੀਆਂ ਸੀਗੀਆਂ, ਮਿਤੀ 2 ਮਈ 2022 ਤੋਂ ਲੈ ਕੇ 5 ਮਈ 2022 ਤੱਕ ਇਹ ਔਨਲਾਈਨ ਅਪਲਾਈ ਕਰਨਾ ਸੀ। ਤਾਂ ਇਹਦੇ ਵਿੱਚ ਹਰਿਆਣੇ ਦੇ ਜਿਹੜੇ ਹੈਗੇ ਆ 2 ਲੜਕੇ ਹੈਗੇ ਆ, ਇੱਕ ਦਾ ਨਾਮ ਹੈਗਾ ਜੰਟਾ ਰਾਮ ਪੁੱਤਰ ਹਰਪਾਲ ਪਿੰਡ ਕੁੱਲਾ ਦਾ, ਅਤੇ ਦੂਸਰੇ ਦਾ ਨਾਮ ਹੈਗਾ ਜਗਨਦੀਪ ਪੁੱਤਰ ਬਿੰਦਰ ਸਿੰਘ, ਇਹ ਜਿਹੜਾ ਹੈਗਾ ਇਹ ਬਾਨੀ ਪਿੰਡ ਦਾ। ਇਹਨਾਂ ਨੇ ਅਪਲਾਈ ਕੀਤਾ ਜੀ। ਅਪਲਾਈ ਕਰਨ ਤੋਂ ਬਾਅਦ ਇਹਨਾਂ ਨੇ ਆਪਣੇ ਜਦੋਂ ਇਹਨਾਂ ਦੀ ਸਿਲੈਕਸ਼ਨ ਹੋ ਗਈ 10ਵੀਂ ਦੇ ਆਧਾਰ 'ਤੇ, ਇਹਨਾਂ ਦੇ ਮੈਰਿਟ ਦੇ ਆਧਾਰ 'ਤੇ ਇਹ ਇਹਨਾਂ ਦੀ 10ਵੀਂ ਸਰਟੀਫਿਕੇਟਾਂ ਦੇ ਆਧਾਰ 'ਤੇ ਸਿਲੈਕਸ਼ਨ ਹੋਈ ਸੀਗੀ ਜੀ।
ਔਰ ਜਦੋਂ ਇਹਨਾਂ ਨੇ 10ਵੀਂ ਦੇ ਸਿਲੈਕਸ਼ਨ ਹੋਣ ਵੇਲੇ ਜਦੋਂ ਇਹਨਾਂ ਦੀ ਡਾਕੂਮੈਂਟ ਦੀ ਵੈਰੀਫਿਕੇਸ਼ਨ ਹੋਈ ਤਾਂ ਇਹਨਾਂ ਨੇ ਆਪਣੇ ਜਿਹੜੇ 10ਵੀਂ ਦੇ ਡਾਕੂਮੈਂਟ ਆ ਉਹ ਜਿਹੜੇ ਸਬਮਿਟ ਕਰਾਤੇ ਪੋਸਟ ਆਫਿਸ ਦੇ ਵਿੱਚ। ਔਰ ਇਹਨਾਂ ਨੂੰ ਇਹ ਸਬਮਿਟ ਕਾਉਂਸਲਿੰਗ ਤੋਂ ਬਾਅਦ ਸਬਮਿਟ ਕਰਾਉਣ ਤੋਂ ਬਾਅਦ ਇਹਨਾਂ ਨੂੰ ਪ੍ਰੋਵੀਜ਼ਨ ਲੈਟਰ ਆ ਜਿਹੜੇ ਇਹਨਾਂ ਦੇ ਜੁਆਇਨਿੰਗ ਲੈਟਰ ਆ ਉਹ ਭੇਜ ਦਿੱਤੇ। ਉਸ ਤੋਂ ਬਾਅਦ ਪੋਸਟ ਆਫਿਸ ਨੇ ਆਪਣੇ ਇੰਟਰਨਲ ਜਿਹੜੀ ਹੈਗੀ ਡਿਪਾਰਟਮੈਂਟ ਦੇ ਤੌਰ 'ਤੇ ਉਹਨਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਵਾਈ ਡਾਕੂਮੈਂਟ ਦੀ, ਔਰ ਜਦੋਂ ਫਿਜੀਕਲ ਵੈਰੀਫਿਕੇਸ਼ਨ ਕਰਵਾਈ ਤਾਂ ਉਹ ਡਾਕੂਮੈਂਟ ਫੇਕ ਪਾਏ ਗਏ। ਉਸ ਤੋਂ ਬਾਅਦ ਜਿਹੜੇ ਸੁਪਰਡੈਂਟ ਸੀਗੇ ਆਪਣੇ ਪੋਸਟ ਆਫਿਸ ਦੇ, ਉਹਨਾਂ ਨੇ ਸਾਡੇ ਕੋਲ ਮਾਣਯੋਗ ਐਸ ਐਸ ਪੀ ਸਾਹਿਬ ਕੋਲ ਕੰਪਲੇਂਟ ਮੂਵ ਕੀਤੀ, ਜਿਸ ਜੋ ਮਾਣਯੋਗ ਐਸ ਐਸ ਪੀ ਸਾਹਿਬ ਨੇ ਡੀ ਐਸ ਪੀ ਈਓ ਵੈਂਗਰ ਨੂੰ ਸਾਈਬਰ ਕ੍ਰਾਈਮ ਨੂੰ ਮਾਰਕ ਕੀਤੀ। ਉਸ 'ਤੇ ਇੱਕ ਇਨਕੁਆਇਰੀ ਹੋਈ, ਇਨਕੁਆਇਰੀ ਦੇ ਦੌਰਾਨ ਜਿਹੜੇ ਇਹ ਦੋਵੇਂ ਦੋਸ਼ੀ ਆ ਜਿਹੜੇ ਦੋਸ਼ੀ ਪਾਏ ਗਏ ਆ, ਅਤੇ ਜਿਹੜੇ ਇਹਨਾਂ ਦੇ ਡਾਕੂਮੈਂਟ ਆ ਉਹ ਫੇਕ ਪਾਏ ਗਏ ਆ, ਜਿਸ 'ਤੇ ਦੋ ਅਸੀਂ ਕੱਲ੍ਹ ਕੁਤਵਾਲੀ ਥਾਣਾ ਦੇ ਵਿੱਚ ਇੱਕ ਦੋ ਵੱਖਰੇ ਪਰਚੇ ਦਰਜ ਕੀਤੇ ਆ, 124 ਨੰਬਰ ਅਤੇ 125 ਨੰਬਰ। ਸੈਕਸ਼ਨ ਹੈਗੇ ਆ 420 ਆ ਜੀ, 465-67 ਦੇ ਜਿਹੜੇ ਹੈਗੇ ਆ ਸੈਕਸ਼ਨ, ਅਤੇ 471 ਦੇ ਵਿੱਚ ਅਸੀਂ ਜਿਹੜਾ ਐੱਫ ਆਈ ਆਰ ਦਰਜ ਕੀਤੀ ਹੈ। ਹੁਣ ਜਿਹੜੀ ਇਹ ਤਫਤੀਸ਼ ਆ ਮਾਣਯੋਗ ਐਸ ਐਸ ਪੀ ਸਾਹਿਬ ਦੇ ਹੁਕਮਾਂ ਨਾਲ ਆ ਜਿਹੜੀ ਈਓ ਵਿੰਗ ਨੂੰ ਭੇਜ ਦਿੱਤੀ ਗਈ ਆ, ਅਤੇ ਉਸ ਤੋਂ ਬਾਅਦ ਇਹਨਾਂ ਨੂੰ ਜਲਦੀ ਜਿਹੜੀ ਅਸੀਂ ਇਹਨਾਂ ਦੀ ਅਰੈਸਟ ਦੇ ਵਿੱਚ ਪਾ ਲਵਾਂਗੇ। ਜਲੰਧਰ ਵਿੱਚ ਸਨੈਚਰਾਂ ਨੂੰ ਨੱਥ ਪਾਉਣ ਲਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਕਾਬੂ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਪੁਲਿਸ ਨੇ 2 ਮੁਲਜ਼ਮਾਂ ਗੁਰਪ੍ਰੀਤ ਉਰਫ ਗੋਪੀ ਅਤੇ ਮਨਪ੍ਰੀਤ ਨੂੰ ਕਾਬੂ ਕੀਤਾ, ਜਿਨ੍ਹਾਂ ਪਾਸੋਂ ਇੱਕ ਮੋਟਰਸਾਈਕਲ, ਸਕੂਟੀ ਅਤੇ ਮੋਬਾਈਲ ਫੋਨ ਬਰਾਮਦ ਹੋਏ ਨੇ। ਦੂਜੇ ਮਾਮਲੇ ਵਿੱਚ ਪੁਲਿਸ ਨੇ ਹਰਜਿੰਦਰ ਸਿੰਘ ਨੂੰ ਕਾਬੂ ਕੀਤਾ, ਜਿਸ ਕੋਲੋਂ ਇੱਕ ਮੋਟਰਸਾਈਕਲ ਅਤੇ ਸੋਨੇ ਦੀਆਂ 4 ਵਾਲੀਆਂ ਬਰਾਮਦ ਕੀਤੀਆਂ ਗਈਆਂ ਨੇ। ਅਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਸਵਪਨ ਸ਼ਰਮਾ ਜੀ ਦੇ ਨਿਰਦੇਸ਼ਨ ਹੇਤ ਜਲੰਧਰ ਪੁਲਿਸ ਲਗਾਤਾਰ ਜਿਹੜਾ ਹੈਗਾ ਚੋਰ, ਸਨੈਚਰ ਅਤੇ ਜਿਹੜੇ ਵੀ ਕ੍ਰਿਮੀਨਲ ਐਲੀਮੈਂਟ ਹੈ ਉਹਨਾਂ 'ਤੇ ਲਗਾਤਾਰ ਕਾਰਵਾਈ ਜਿਹੜੀ ਹੈਗੀ ਕਰੀ ਹੈਗੀ। ਉਸੀ ਸੀਰੀਜ਼ 'ਤੇ ਅਸੀਂ ਅੱਜ ਸਾਨੂੰ ਲਗਭਗ 2 ਕੇਸਿਸ ਦੀ ਜਿਹੜੀ ਹੈਗੀ ਉਹ ਬਰੀਫਿੰਗ ਦੇਣੀ ਹੈਗੀ, ਜਿਹਦੇ 'ਚ 2 ਕੇਸਿਸ 'ਚ ਜਿਹੜੇ ਸਨੈਚਰਸ ਔਨ ਥੈਫਟ ਵਾਲੇ ਜਿਹੜੇ ਗਿਰੋਹ ਹੈਗੇ ਉਹ ਅਸੀਂ ਜਿਹੜੇ ਹੈਗੇ ਫੜੇ ਹੈਗੇ। ਉਹਦੇ 'ਚ ਜਿਹੜਾ ਪਹਿਲਾ ਕੇਸ ਹੈ ਉਹ ਵੈਸਟ ਸਬ ਡਿਵੀਜ਼ਨ ਦਾ ਹੈਗਾ, ਪੁਲਿਸ ਸਟੇਸ਼ਨ ਬਾਵਾ ਖੇਲ ਦਾ, ਜਿੱਥੇ ਕਿ ਜਿਹੜੇ ਗਿਰੋਹ ਚੋਰੀ ਕਰਦਾ ਸੀ, ਇਹਦੇ ਨਾਲ ਹੀ ਫੋਨ ਫਾਨ ਜਿਹੜੇ ਇਹਦੇ ਖੁੰਦਾ ਸੀ। ਇਸ ਸੀਰੀਜ਼ ਦੇ ਵਿੱਚ ਇੱਕ 158 ਨੰਬਰ ਐੱਫ ਆਈ ਆਰ, 302 ਬੀ ਐੱਨ ਐੱਸ, ਨਾਲੇ 317 ਬੀ ਐੱਨ ਐੱਸ ਦਾ ਵਾਧਾ ਮਨਜ਼ੂਰੀ ਦਾ ਹੇਤ ਪੁਲਿਸ ਸਟੇਸ਼ਨ ਬਸਤੀ ਬਾਵਾ ਖੇਲ ਰਜਿਸਟਰ ਕੀਤੀ ਹੈਗੀ। ਅਸੀਂ ਜਿਹੜਾ ਹੈਗਾ ਇਹਦੇ 'ਚ ਪੂਰਾ ਟੈਕਨੀਕਲ ਐਂਡ ਹਿਊਮਨ ਇੰਟ ਨਾਲੇ ਵਰਕ ਕੀਤਾ ਸੀ, ਸਾਡੀ ਵੱਖ ਵੱਖ ਟੀਮਾਂ ਨੇ ਐਫਰਟ ਕਰਕੇ ਜਿਹੜੇ ਹੈਗੇ ਇਹਦੇ 'ਚ 2 ਬੰਦੇ, ਗੁਰਪ੍ਰੀਤ ਔਰ ਮਨਪ੍ਰੀਤ, ਗੁਰਪ੍ਰੀਤ 'ਚ ਪਹਿਲਾਂ 1 ਪਰਚਾ ਹੈਗਾ, ਮਨਪ੍ਰੀਤ 'ਚ ਪਹਿਲਾਂ 5 ਪਰਚੇ ਹੈਗੇ, ਆਹ ਦੋਨੋਂ ਕਪੂਰਥਲਾ ਦੇ ਵਹਿਣ ਵਾਲੇ ਹੈਗੇ। ਇਹਨਾਂ ਤੋਂ ਜਿਹੜਾ ਹੈਗਾ ਇੱਕ ਬਿਨਾਂ ਨੰਬਰੀ ਮੋਟਰਸਾਈਕਲ, ਸਪਲੈਂਡਰ, ਇੱਕ ਸਕੂਟਰੀ ਔਰ ਮੋਬਾਈਲ ਫੋਨ ਰਿਕਵਰ ਹੋਏ ਹੈਗੇ। ਤੋ ਜਿਹੜਾ ਆਹ ਜਿਹੜੇ ਹੈਗੇ ਵੈਸਟ ਸਬ ਡਿਵੀਜ਼ਨ 'ਤੇ ਲੁੱਟ ਖੋਹ ਅਤੇ ਜਿਹੜੀ ਚੋਰੀਆਂ ਦੀ ਵਾਰਦਾਤਾਂ ਕਰਦੇ ਸੀ, ਅਸੀਂ ਇਹਨਾਂ ਨੂੰ ਜਿਹੜਾ ਹੈਗਾ ਰਾਊਂਡ ਅਪ ਕੀਤਾ ਹੈਗਾ। ਹੁਣ ਅਸੀਂ ਇਹਨਾਂ ਦੀ ਫਰਦਰ ਤਫਤੀਸ਼ ਜਿਹੜੀ ਹੈਗੀ ਕਰ ਰਹੇ ਹੈਗੇ। ਇੱਕ ਅਨਦਰ ਕੇਸ ਜਿਹੜਾ ਹੈਗਾ ਉਹ ਸਬ ਡਿਵੀਜ਼ਨ ਮਾਡਲ ਟਾਊਨ ਦਾ ਹੈਗਾ, ਜਿੱਥੇ ਅਸੀਂ 210 ਨੰਬਰ ਐੱਫ ਆਈ ਆਰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦਰਜ ਕੀਤੀ ਹੈਗੀ ਅੰਡਰ ਸੈਕਸ਼ਨ 303 ਬੀ ਐੱਨ ਐੱਸ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6। ਇਹਦੇ 'ਚ ਜਿਹੜਾ ਬੰਦਾ ਹੈਗਾ ਉਹਦਾ ਨਾਮ ਹਰਜਿੰਦਰ ਅਲੀਅਸ ਜਿੰਦਾ ਹੈਗਾ। ਇਹਦੇ 'ਚ ਇਹਦੇ ਤੋਂ ਇੱਕ ਬਾਈਕ ਔਰ 4 ਜਿਹੜੀ ਸੋਨੇ ਦੀ ਵਾਲੀਆਂ ਉਹ ਰਿਕਵਰ ਕੀਤੀ ਹੈਗੀ। ਅਸੀਂ ਇਹਦੀ ਰਿਕਵਰੀ ਲਈ ਸਪੈਸ਼ਲ ਐਫਰਟ ਸਾਡੇ ਐੱਸ ਐੱਚ ਓ 6 ਨੰਬਰ ਵੱਲੋਂ ਕੀਤੇ ਗਏ ਸੀਗੇ। ਇਹਦੇ 'ਚ ਜਿਹੜਾ ਹੈਗਾ ਜਿਹੜੀ ਮੋਟਰਸਾਈਕਲ ਹੈਗੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ, ਵੈਦਰ ਉਹ ਚੋਰੀ ਦਾ ਹੈ ਜਾਂ ਸਨੈਚ ਕੀਤਾ ਹੈਗਾ ਉਹ ਅਸੀਂ ਚੈੱਕ ਕਰ ਰਹੇ ਹੈਗੇ।
ਨਗਰ ਨਿਗਮ ਜਲੰਧਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਦੋਂ ਜ਼ਹਿਰੀਲਾ ਪਾਣੀ ਸੜਕ ਉੱਤੇ ਵਹਾ ਦਿੱਤਾ ਗਿਆ। ਦੱਸ ਦਈਏ ਕਿ ਕੱਲ੍ਹ ਦੁਪਹਿਰ 2 ਵਜੇ ਜਲੰਧਰ ਦੀ ਇੱਕ ਆਈਸ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋ ਗਈ ਸੀ, ਜਿਸ ਦਾ ਪਾਣੀ ਨਗਰ ਨਿਗਮ ਵੱਲੋਂ ਸੜਕਾਂ ਉੱਤੇ ਵਹਾ ਦਿੱਤਾ ਗਿਆ। ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਸੀ ਕਿ ਇਲਾਕੇ ਵਿੱਚ ਜ਼ਹਿਰੀਲੀ ਗੈਸ ਦਾ ਪ੍ਰਭਾਵ ਹੈ ਅਤੇ ਉੱਥੋਂ ਦਾ ਪਾਣੀ ਜ਼ਹਿਰੀਲਾ ਹੋ ਗਿਆ, ਪਰ ਇਸ ਦੇ ਬਾਵਜੂਦ ਨਗਰ ਨਿਗਮ ਦੀ ਗੱਡੀ ਉਹੀ ਦੂਸ਼ਿਤ ਪਾਣੀ ਸੜਕਾਂ ਉੱਤੇ ਡੋਲਦੀ ਨਜ਼ਰ ਆਈ। ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨ ਬਣਾਉਣ, ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਅਤੇ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਸੰਬੰਧੀ ਭਾਈ ਪਾਲ ਸਿੰਘ ਫਰਾਂਸ ਦੀ ਅਗਵਾਈ ਵਿੱਚ ਮੋਰਿੰਡਾ ਵਿਖੇ ਪੈਦਲ ਮਾਰਚ ਕੱਢਿਆ ਗਿਆ, ਜਿਸ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਸ਼ਹੀਦਗੰਜ ਸਾਹਿਬ ਤੋਂ ਅਰਦਾਸ ਕਰਕੇ ਕੀਤੀ ਗਈ। ਇਸ ਸਮੇਂ ਗੁਰਿੰਦਰ ਸਿੰਘ ਭਜੌਲੀ, ਰੇਸ਼ਮ ਸਿੰਘ ਬਡਾਲੀ ਅਤੇ ਨੌਜਵਾਨ ਆਗੂ ਧਰਮਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਸਿੱਖਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ 1 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਖਾਲਸਾ ਮਾਰਚ ਕੱਢਿਆ ਜਾਵੇਗਾ, ਜਿਸ ਵਿੱਚ ਭਾਗ ਲੈਣ ਲਈ ਸੰਗਤ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਿਵਾਸੀ ਸਖ਼ਤ ਕਾਨੂੰਨ ਬਣਾਉਣ ਵਾਸਤੇ, ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਇਹ ਜੋ ਮੋਰਚਾ ਲੱਗਾ ਹੋਇਆ 20 ਮਹੀਨੇ 13 ਦਿਨ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਚੰਡੀਗੜ੍ਹ ਦੀਆਂ ਬਰੂਹਾਂ 'ਤੇ, ਉਹਦੇ ਵਾਸਤੇ ਆਏ ਕਿ 1 ਅਕਤੂਬਰ ਨੂੰ ਇਸੇ ਸਾਲ 1 ਤਰੀਕ ਨੂੰ ਅਸੀਂ ਬਹੁਤ ਵੱਡਾ ਰੋਸ ਮਾਰਚ ਕੱਢਣਾ ਵਾ ਸਰਕਾਰਾਂ ਨੂੰ ਜਗਾਉਣ ਵਾਸਤੇ। ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਨਿਕਲਣਾ ਜੀ, ਗੁਰਦੁਆਰਾ ਸਾਹਿਬ ਫਤਿਹਗੜ੍ਹ ਤੋਂ ਨਿਕਲਣਾ, ਉਹਦੇ ਵਾਸਤੇ ਅਸੀਂ ਚੇਤਨਤਾ ਲੈ ਜਗਾਉਣ ਲਈ ਸੰਗਤਾਂ ਵਿੱਚ ਆਪਣਾ ਵਿਚਾਰ ਕਰ ਲਈ, ਕਿਉਂਕਿ ਸਾਡੇ ਸਾਰੇ ਚੈਨਲ ਬੰਦ ਕੀਤੇ ਹੋਏ ਨੇ, ਸਾਡੀ ਕਿਤੇ ਆਵਾਜ਼ ਨਹੀਂ ਆਉਂਦੀ, ਸਾਡੀ ਕੋਈ ਇੱਕ ਤਰੀਕਾ ਸਿੱਧਾ ਲੋਕਾਂ ਨਾਲ ਰਾਬਤਾ ਕਾਇਮ ਕਰੀਏ। ਇਹ ਸਾਰਿਆਂ ਦੇ ਚੈਨਲਾਂ ਵਿੱਚ ਬੇਨਤੀ, ਜਿਹੜੇ ਜਿਹੜੇ ਮੇਰੀ ਆਵਾਜ਼ ਸੁਣਦੇ ਆ ਮੋਰਿੰਡੇ ਤੋਂ ਨਹੀਂ, ਸਾਰੇ ਪੰਜਾਬ ਤੋਂ, ਸਾਰੇ ਦੂਰ ਦੁਰਾਡੇ ਤੋਂ ਵੱਧ ਤੋਂ ਵੱਧ ਸੰਗਤਾਂ 1 ਤਰੀਕ ਨੂੰ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਉਹ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਨ, ਇਹ ਨਿਮਰਤਾ ਸਾਹਿਬ ਬੇਨਤੀ ਆ। ਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵੱਲੋਂ ਪ੍ਰੈਸ ਕਲੱਬ ਨਿਊ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਦੇ ਆਈਡੀ ਕਾਰਡ ਵੰਡ ਸਮਾਰੋਹ ਵਿੱਚ ਅੰਮ੍ਰਿਤਸਰ ਦਿਹਾਤੀ ਦੇ SSP ਚਰਨਜੀਤ ਸਿੰਘ IPS ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ 'ਤੇ SSP ਨੇ ਕਿਹਾ ਕਿ ਪ੍ਰੈਸ ਕਲੱਬ ਨੂੰ ਇਸ ਮੁਕਾਮ 'ਤੇ ਲਿਆਉਣ ਪਿੱਛੇ ਬਹੁਤ ਮਿਹਨਤ ਅਤੇ ਜਦੋਜਹਿਦ ਕੀਤੀ ਗਈ ਹੈ ਅਤੇ ਉਹ ਇੱਥੇ ਆ ਕੇ ਮਾਣ ਮਹਿਸੂਸ ਕਰ ਰਹੇ ਨੇ। ਉਹਨੇ ਕਿਹਾ ਕਿ ਉਹ ਪੱਤਰਕਾਰਾਂ ਨੂੰ ਹਮੇਸ਼ਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ 'ਤੇ ਪ੍ਰੈਸ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਜੱਸ ਅਤੇ ਕੈਸ਼ੀਅਰ ਕਮਲ ਪਹਿਲਵਾਨ ਤੋਂ ਇਲਾਵਾ ਜ਼ਿਲ੍ਹੇ ਭਰ ਤੋਂ ਆਏ ਸੀਨੀਅਰ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। ਰਾਜੇਸ਼ ਗਿੱਲ ਨੇ ਮੁੱਖ ਮਹਿਮਾਨ ਨੂੰ ਪ੍ਰੈਸ ਕਲੱਬ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਨੇ ਆਗਾਮੀ ਯੋਜਨਾਵਾਂ ਬਾਰੇ ਝਾਨਣਾ ਪਾਇਆ। ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਜੋੜਾ ਫਾਟਕ ਵੱਲੋਂ ਮੁੱਖ ਸੇਵਾਦਾਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਗੋਲਡਨ ਐਵੀਨਿਊ ਨਜ਼ਦੀਕ ਤਹਿਸੀਲਪੁਰਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਲਗਭਗ 130 ਲੋਕਾਂ ਨੇ ਖੂਨਦਾਨ ਕੀਤਾ। ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਅਮਰਵੀਰ ਸਿੰਘ ਢੋਟ ਨੇ ਕੈਂਪ ਦੀ ਸ਼ੁਰੂਆਤ ਕੀਤੀ। ਪ੍ਰਧਾਨ ਅਮਰਵੀਰ ਸਿੰਘ ਢੋਟ ਨੇ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਅਤੇ ਖੂਨਦਾਨ ਕਰਨ ਦੀ ਪ੍ਰੇਰਣਾ ਕੀਤੀ। ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਰਜਿਸਟਰ ਵੱਲੋਂ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮਨਜੀਤ ਸਿੰਘ ਜੋੜਾ ਫਾਟਕ, ਜੋ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਹਨ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਮਾਤਾ ਦੇ ਕੌਮੀ ਮੀਤ ਪ੍ਰਧਾਨ ਹਨ, ਉਹਨਾਂ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਮਹਾਨ ਖੂਨਦਾਨ ਕੈਂਪ ਆ ਜੋ ਗੁਰਦੁਆਰਾ ਵਿਖੇ ਲਵਾਇਆ ਗਿਆ ਹੈ, ਬਹੁਤ ਹੀ ਵਧੀਆ ਉਪਰਾਲਾ ਹੈ, ਕਿਉਂਕਿ ਜਿਹੜਾ ਖੂਨਦਾਨ ਹੈ ਬੜਾ ਮਹਾਨ ਦਾਨ ਹੈ, ਸਾਨੂੰ ਸਾਰਿਆਂ ਨੂੰ ਜਿਹੜਾ ਖੂਨਦਾਨ ਕਰਨਾ ਚਾਹੀਦਾ ਹੈ। ਮੇਰਾ ਵੀਰ ਰਮਜੀਤ ਸਿੰਘ ਜੋੜਾ ਫਾਟਕ ਜਿੰਨੀ ਸਮੁੱਚੀ ਟੀਮ ਹੈ ਵਧਾਈ ਦੇ ਪਾਤਰ ਹਨ, ਹਰ ਸਮੇਂ ਦੌਰਾਨ
ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਹਨ। ਜੋ ਸਮੇਂ ਦੀ ਲੋੜ ਹੈ ਨੌਜਵਾਨਾਂ ਨੂੰ ਨਾਲ ਇਕੱਠੇ ਜੋੜ ਕੇ, ਜੋ ਹਰ ਤਰ੍ਹਾਂ ਦੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹ ਮਤਲਬ ਬੱਚਿਆਂ ਨੂੰ ਲੋੜਵੰਦਾਂ ਨੂੰ ਜਿਹੜੇ ਸਮਾਨ ਆ, ਸਟੇਸ਼ਨਰੀ ਦਾ, ਹੋਰ ਵੀ ਕਿਸੇ ਚੀਜ਼ਾਂ ਦੀ ਜ਼ਰੂਰਤ ਹੋਵੇ, ਮਤਲਬ ਪਿਛਲੇ ਸਮੇਂ ਦੌਰਾਨ ਸਕੂਲਾਂ ਦੇ ਵਿੱਚ ਇਹਨਾਂ ਨੇ ਆਪਣਾ ਆਰਓ ਲਵਾਉਣਾ, ਹੋਰ ਵੀ ਬੜੇ ਤਰ੍ਹਾਂ ਦੇ ਉਪਰਾਲੇ ਕੀਤੇ ਹਨ। ਮੈਨੂੰ ਬਹੁਤ ਮਾਣ ਹੈ ਗੁਰੂ ਰਾਮਦਾਸ ਮਹਾਰਾਜ, ਬਾਬਾ ਦੀਪ ਸਿੰਘ ਇਹਨਾਂ ਦੇ ਛੱਤੇ ਮੇਰੇ ਫਿਰਿਆਸ ਰੱਖਣ, ਇਸੇ ਤਰੀਕੇ ਦੇ ਨਾਲ ਇਹ ਚੜ੍ਹਦੀ ਕਲਾ ਦੇ ਨਾਲ ਲੋਕ ਭਲਾਈ ਦੇ ਕਾਰਜ ਕਰਦੇ ਰਹਿਣ। ਸਿੱਖ ਸੂਫ ਫੈਡਰੇਸ਼ਨ ਮਾਤਾ ਵੱਲੋਂ ਹਮੇਸ਼ਾ ਇਹਨਾਂ ਸੂਨ ਦਿੱਤਾ ਜਾਂਦਾ ਹੈ, ਹੁਣ ਵੀ ਅਸੀਂ ਇਹਨਾਂ ਦੇ ਨਾਲ ਹਾਂ। ਗੁਰੂ ਰਾਮਦਾਸ ਕਿਰਪਾ ਕਰੇ, ਤਕੜੇ ਹੋ ਕੇ ਜਿਹੜੀ ਸਾਡੀ ਨੌਜਵਾਨ ਪਨੀਰੀ ਆ ਉਹਨਾਂ ਨੂੰ ਇਕੱਠੇ ਕਰਨ ਦੀ ਲੋੜ ਆ। ਜਿਹੜੇ ਨੌਜਵਾਨ ਪਤੇ ਤਬੂਨੇ ਜਾ ਰਹੇ ਨੇ, ਨਸ਼ਿਆਂ 'ਚ ਗਲਤਾਨ ਹੋ ਰਹੇ ਹਨ, ਉਹਨਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਇਹੋ ਜਿਹੇ ਕਾਰਜ ਕਰਨੇ ਬੜੇ ਜ਼ਰੂਰੀ ਹਨ। ਇਸ ਲਈ ਮੇਰਾ ਵੀਰ ਵਧਾਈ ਦਾ ਪਾਤਰ ਹੈ ਗੁਰੂ ਰਾਮਦਾਸ, ਇਹਦੇ ਇਹਦੇ ਉੱਪਰ ਜੋੜਾ ਫਾੜ ਮਨਜੀਤ ਸਿੰਘ ਦੇ ਜੋੜੇ ਸਿਰ ਦੀ ਮੇਰੇ ਪ੍ਰਿਆਸ ਰੱਖਣ, ਇਹਨਾਂ ਸਮੁੱਚੀ ਟੀਮ ਉੱਪਰ ਮੇਰੇ ਪ੍ਰਿਆਸ ਰੱਖਣ ਤਾਂ ਜੋ ਇਹ ਚੜ੍ਹਦੀ ਕਲਾ ਦੇ ਨਾਲ ਇਹ ਕਾਰਜ ਕਰਦੇ ਰਹਿਣ। ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਅੱਜ ਗੋਲਡਨ ਐਵਨਿਊ ਗੁਰਦੁਆਰਾ ਸਿੰਘ ਸਭਾ ਵਿਖੇ ਅੱਜ ਮਹਾਨ ਖੂਨਦਾਨ ਕੈਂਪ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਹ ਥੈਲਾਸੀਮੀਆ ਤੋਂ ਪੀੜਿਤ ਬੱਚਿਆਂ ਦੇ ਲਈ ਖੂਨਦਾਨ ਕੈਂਪ ਹੈ। ਸੋ ਮੈਂ ਸਾਰੇ ਸਰਕਾਰਯੋਗ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਆਪਣੇ ਲੋੜ ਸਮੇਂ ਸਿਰ ਆ ਕੇ ਲੋੜਵੰਦਾਂ ਦੇ ਲਈ ਹਮੇਸ਼ਾ ਤਤਪਰ ਤਿਆਰ ਰਹਿੰਦੇ ਨੇ ਤੇ ਲੋੜਵੰਦਾਂ ਲਈ ਖੂਨਦਾਨ ਕਰਦੇ ਨੇ। ਸੋ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਖੂਨਦਾਨ ਕੈਂਪ ਦੇ ਵਿੱਚ ਆ ਕੇ ਸਹਿਯੋਗ ਦਿੰਦੇ ਨੇ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ਾਹਬਾਦ ਹਲਕੇ ਤੋਂ ਮਿਸ਼ਨ ਏਕਤਾ ਪਾਰਟੀ ਦੀ ਉਮੀਦਵਾਰ ਕਾਂਤਾ ਦੇਵੀ ਨੇ ਚੋਣ ਕਮਿਸ਼ਨ ਕੋਲ ਹਲਫਨਾਮਾ ਦਾਇਰ ਕੀਤਾ, ਜਿਸ ਵਿੱਚ ਉਹਨਾਂ ਨੇ ਆਪਣੇ ਉੱਤੇ ਹੋਏ ਮੁਕੱਦਮਿਆਂ ਦਾ ਵੇਰਵਾ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਮਾਮਲਿਆਂ ਦੀ ਸੁਣਵਾਈ ਅਦਾਲਤ ਵਿੱਚ ਵਿਚਾਰਾਧੀਨ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਣ ਦਿੰਦੇ ਨਾਇਰ ਮਾੜ ਦੇ ਮੌਸਮ ਦੇ ਹਾਲ ਤੇ, ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।